ਸੰਗਰੂਰ ਦੇ ਵਿਚ PRTC ਬੱਸ ਦੇ ਡਰਾਈਵਰ ਤੇ ਕੰਡਕਟਰ ਉੱਤੇ ਨੌਜਵਾਨਾਂ ਵੱਲੋਂ ਕੀਤਾ ਗਿਆ ਹਮਲਾ। ਸੰਗਰੂਰ ਤੋਂ ਪਟਿਆਲੇ ਵੱਲ ਜਾ ਰਹੀ ਸੀ ਬੱਸ, ਜਿੱਥੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਬੱਸ ਦੇ ਡਰਾਈਵਰ ਤੇ ਕੰਡਕਟਰ ਉੱਪਰ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਡਰਾਈਵਰ ਕਾਫੀ ਜ਼ਖਮੀ ਹੋ ਗਿਆ ਤੇ ਕੰਡਕਟਰ ਵੱਲੋਂ ਦੱਸੀ ਗਈ ਉਹਨਾਂ ਨਾਲ ਵਾਪਰੀ ਸਾਰੀ ਘਟਨਾ। ਮੇਰਾ ਨਾਮ ਜਤਿੰਦਰ ਸਿੰਘ ਹੈ ਜੀ, ਵਿਚ ਦੇ ਵਿੱਚ ਐਜ ਕੰਡਕਟਰ ਕੰਮ ਕਰਦਾ ਜੀ। ਅਸੀਂ ਸੰਗਰੂਰ ਤੋਂ ਪਟਿਆਲੇ ਨੂੰ ਗੱਡੀ ਭਰ ਕੇ ਜਾ ਰਹੇ ਸੀ। ਆਪਣੇ ਪਿੱਛੋਂ ਬੈਕ ਸਾਈਡ ਤੋਂ ਬਾਈਕ ਆਈ, ਇੱਕ ਉੱਥੇ ਦੋ ਮੁੰਡੇ ਨੌਜਵਾਨ ਸਵਾਰ ਸੀ ਅਤੇ ਉਹਨਾਂ ਨੇ ਅੱਗੇ ਆਪਣੇ ਹੰਪੇ ਉੱਤੇ ਮੋਟਰਸਾਈਕਲ ਆਪਣੇ ਅੱਗੇ ਕਰਤਾ। ਡਰਾਈਵਰ ਨੇ ਕੱਟ ਮਾਰ ਕੇ ਉਹ ਮੁੰਡੇ ਨੂੰ ਬਚਾਇਆ ਸਗੋਂ ਜੀ। ਉੱਥੋਂ ਹੀ ਆਪਣੀ ਬੈਸਬਾਜ਼ੀ ਹੁੰਦੀ ਹੈ ਜੀ, ਉਹ ਪਤਾ ਨਹੀਂ ਕਿੱਥੋਂ ਤਿੰਨ ਚਾਰ ਮੁੰਡੇ ਹੋਰ ਨਾਲ ਹੋਣਗੇ, ਕੋਈ ਗੱਲ ਨਹੀਂ ਹੁੰਦਾ, ਡਰਾਈਵਰ ਆਪਣਾ ਉੱਤਰ ਕੇ ਥੱਲੇ ਜਾਂਦਾ ਜੀ। ਬਸ ਜਾਣ ਸਾਰੇ ਉਹਨੂੰ ਮਤਲਬ ਕੁੱਟਾਂ ਲੱਗ ਜਾਂਦਾ ਜੀ। ਉਸ ਤੋਂ ਬਾਅਦ ਮੈਂ ਜਾਂਦਾ ਜੀ, ਮੈਨੂੰ ਖੜ੍ਹ ਲੈਂਦੇ, ਤਿੰਨ ਚਾਰ ਮੁੰਡੇ ਹੋਰ ਨਾਲ ਆ ਜਾਂਦੇ, ਉਹ ਚਾਰ ਪੰਜ ਜਣੇ ਹੁੰਦੇ, ਇੱਧਰ ਮੈਂ ਇਕੱਲਾ ਹੁੰਦਾ, ਉੱਧਰ ਆਪਣਾ ਡਰਾਈਵਰ ਇਕੱਲਾ ਹੁੰਦਾ ਜੀ। ਅਤੇ ਸਾਡੇ ਦੇਖੇ ਪਤਾ ਨਹੀਂ ਉਹਨਾਂ ਕੋਲ ਕੀ, ਇੱਕ ਤਾਂ ਮੋਟੀ ਮੋਟੀ ਕੜੀ ਸੀ ਉਹਨਾਂ ਕੋਲ ਜੀ, ਉਹ ਸਾਡੇ ਮਾਰੇ ਜੀ। ਉਸ ਤੋਂ ਬਾਅਦ ਬਾਹਰ ਸਾਰੇ ਇੱਥੋਂ ਫਰਾਰ ਹੋ ਗਏ ਨੇ ਜੀ। ਉਹ ਸੱਟਾਂ ਕਿੰਨੀਆਂ ਕੁ ਜਿਹੜੀਆਂ ਲੱਗੀਆਂ? ਡਰਾਈਵਰ ਦੇ ਸੱਟਾਂ ਜ਼ਿਆਦਾ ਨਹੀਂ ਜੀ, ਅਤੇ ਮੇਰੇ ਤਾਂ ਕੰਡਕਟਰ ਦੇ ਮਾਰੇ ਨੇ ਜੀ। ਤਾਂ ਕਿਵੇਂ ਦੇਖਦੇ ਪੰਜਾਬ ਦੇ ਹਾਲਾਤਾਂ ਨੂੰ? ਤਾਂ ਇਸ ਤਰੀਕੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ। ਆਪਣੀ ਗੱਡੀ ਪੂਰੀ ਭਰ ਕੇ ਆਈ ਸੀ ਜੀ, ਪੂਰੀ ਫੁੱਲ ਸਵਾਰੀ ਭਰੀ ਹੋਈ ਸੋਚੀ, ਅਤੇ ਸਵਾਰੀ ਭਰੀ ਹੋਣ ਦੇ ਬਾਵਜੂਦ ਵੀ ਧੱਕੇ ਨਾਲ ਗੁੰਡਾਗਰਦੀ ਕਰਕੇ ਉਹਨਾਂ ਨੇ ਆਪਣੇ ਉੱਤੇ ਮੁੰਡਾ ਲੰਬ ਪਿਆ। ਬਕਾਇਦਾ ਆਪਣੇ ਕੋਲ ਵੀਡੀਓ ਮੁੰਡੇ ਦੀ ਬਾਹਰ ਲੰਬ ਕੇ ਦੇਦੀ ਵੀਰੇ, ਬਾਅਦ ਦੇ ਵਿੱਚ ਆਪਣੇ ਸਪੇਸ ਵੀ ਨਹੀਂ ਸੀਗੀ। ਉਸ ਤੋਂ ਬਾਅਦ ਗੁੰਡਾਗਰਦੀ ਕੀਤੀ, ਸਾਨੂੰ ਮਾਰ ਕੇ ਨਾਲ ਦੇ ਨਾਲ ਚਲੇ ਗਏ ਵੀਰੇ ਤੋਂ। ਸਰ ਜੇਕਰ ਗੱਲ ਕਰੀਏ ਕੋਈ ਜਿੱਦ ਬੈਸ ਜਾਂ ਕੋਈ ਮਸਲਾ ਹੋਵੇ? ਨਹੀਂ ਵੀਰੇ, ਕਿਸੇ ਦਾ ਕੋਈ ਜਿੱਦ ਬੈਸ ਨਹੀਂ। ਸਭ ਤੋਂ ਕੋਈ ਬੱਸ ਦੀ ਫੇਟ ਵਗੈਰਾ ਜੋ ਕਿ ਐਸਾ ਕੋਈ ਮਸਲਾ ਇਦਾਂ ਦਾ ਕੁਝ ਨਹੀਂ ਸੀਗਾ। ਕੋਈ ਨੰਬਰ ਵਗੈਰਾ ਹੈ ਮੋਟਰਸਾਈਕਲ ਜਿਹਦੇ ਨਾਲ ਘਟਨਾ ਹੋਈ ਹੈ ਜੀ? ਹਾਂਜੀ ਹਾਂਜੀ ਵੀਰੇ। ਕੀ ਨੰਬਰ ਹੈ ਜੀ ਉਹਦਾ? 2013-5-54-10। ਜਿਹੜਾ ਡਰਾਈਵਰ ਹੈ ਜੀ ਹੁਣ ਉਹ ਕਿੱਥੇ ਨੇ? ਉਹ ਹੁਣ ਆਪਣੇ ਸਰਕਾਰੀ ਹਸਪੀਟਲ ਦੇ ਵਿੱਚ ਗਏ ਨੇ ਇਲਾਜ ਵਾਸਤੇ ਜੀ। ਉਹਨਾਂ ਦੇ ਖੂਨ ਵਗੈਰਾ ਕਾਫੀ ਵਗਿਆ ਜੀ, ਕਾਫੀ ਸੱਟ ਵਗੈਰਾ ਜ਼ਿਆਦਾ ਉਹਨਾਂ ਦੇ। ਕਾਹਦੇ ਤੇ ਲੈ ਕੇ ਗਏ ਨੇ ਉਹਨਾਂ ਨੂੰ? ਉਹ ਆਪਣੇ ਜਿਹੜੇ ਆਪਣੇ ਪੰਜਾਬ ਪੁਲਿਸ ਦੀ ਪੂਰੀ ਜਾਣਕਾਰੀ ਦੇ ਦਿੱਤੀ ਗਈ। ਕਿਹੜੀ ਜਗ੍ਹਾ ਦੇ ਰਹਿਣ ਵਾਲੇ? ਕੀ ਘਟਨਾ ਹੋਈ ਹੈ ਤੇ ਕਿਹੜੇ ਰੋਡਵੇਜ ਬੱਸ ਦੀ ਡਿਪੂ ਹੈ ਜੀ? ਬੱਸ ਜੀ ਰੋਡ ਤੋਂ ਪਟਿਆਲੇ ਜਾ ਰਹੇ ਸੀ, ਰਸਤੇ 'ਚ ਇੱਕ ਕੋਲ ਆਉਂਦਾ ਉੱਥੇ ਸਟੋਪ ਥੋੜ੍ਹੀ ਹਾਂ ਪਾਈ, ਉਹਦਾ ਕਰਕੇ ਗੱਡੀ ਹੋ ਗਈ ਦਿੱਤੀ। 8-7 ਵਿਅਕਤੀਆਂ ਨੇ ਉਸ ਸਾਲ ਮੂਹਰੇ ਅੱਗੇ ਲਾ ਕੇ, ਠੀਕ ਹੈ, ਦੋ ਜਣਿਆਂ ਨੇ ਮੈਨੂੰ ਇੱਧਰ ਦੀ ਖਿੱਚਦਾ, ਦੋ ਇੱਧਰ ਦੀ ਖਿੱਚ ਲੈ। ਸਾਨੂੰ ਇਹਨੂੰ ਪਤਾ ਉਹਨਾਂ ਕੋਲ ਕਿੱਚਾਂ ਸਿੱਖਣੀ ਸੀ, ਕਿੱਚਾਂ ਸਿੱਖ ਮੇਰੇ ਕਿੱਚਾ ਫਿਰਦੀ ਉਹ ਮੇਰੇ ਬਾਅਦ ਕੀਤੀ। ਸਰ ਅਗਰ ਗੱਲ ਕਰੀਏ ਕਿ ਘਟਨਾ ਵਾਪਰੀ ਜਾਂ ਕੋਈ ਲੜਾਈ ਝਗੜਾ ਹੋਇਆ ਤੁਹਾਡਾ ਜਾਂ ਰਸਤੇ 'ਚ ਕੀ ਚੱਕਰ? ਰਸਤੇ 'ਚ ਝਗੜਾ ਮੇਰੇ ਕੋਲ ਸਵਾਰੀ ਘੱਟੋ ਘੱਟ 100+ ਤਾਂ। ਸਰ ਅਗਰ ਗੱਲ ਕਰੀਏ ਜਿਹੜੀ ਬੰਦੇ ਨੂੰ ਜਾਣ ਤੋਂ ਜਿਹਨਾਂ ਨੇ ਤੁਹਾਡੇ ਕੰਮ, ਕਾਰਨ ਵੈਸੇ ਕੀ ਰਹੇ ਜੀ ਉਹਨਾਂ ਦੀ ਲੜਾਈ ਹੋਣ ਦੇ? ਤੁਹਾਡੇ ਨਾਲ ਕੀ ਪਤਾ ਜੀ, ਜੇ ਕੋਈ ਦੱਸੂਗਾ ਫਿਰ ਤਾਂ ਦੱਸ ਦੇਣ। ਕਿੰਨੇ ਕੁ ਮੁੰਡੇ ਸੀ ਜਿਹੜੇ ਆਏ ਸੀ? ਦੋ ਮੋਟਰਸਾਈਕਲ ਦੇ ਅਲੱਗ ਦੇਖੇ ਜੀ, ਦੋ ਪੂਰੇ ਭੱਜ। ਜਦੋਂ ਪੁਲਿਸ ਆਈ ਸੜਕ ਸੁਰੱਖਿਆ ਵਾਲਿਆਂ ਦੀ ਭੱਜਣ 'ਚ ਸਫਲ ਹੋ ਗਈ? ਹਾਂਜੀ ਭਾਜੀ, ਸਰ ਰੋਡ ਵੱਲ ਵਾਪਸ। ਸੜਕ ਸੁਰੱਖਿਆ ਦੇ ਪ੍ਰਬੰਧ ਕਿੰਨੀ ਕੁ ਤੇਜ਼ੀ ਨਾਲ ਗੱਡੀ ਸੋਟ ਲਵੇ ਪਹੁੰਚੀਆਂ ਅਤੇ ਕਿੰਨਾ ਕੁ? ਮੈਡਮ ਇੱਕ ਨਾ ਸਾਡੇ ਨਾਲ ਜਲਦੀ ਪਹੁੰਚ ਦਿੱਤਾ 5 ਮਿੰਟ ਦੇ ਵਿੱਚ। ਕਿਵੇਂ ਦੇਖਦੇ ਹੋ ਲੈ ਕੇ ਪ੍ਰਬੰਧਾਂ ਨੂੰ ਵੀ? ਸਰਕਾਰ ਦੇ ਪ੍ਰਬੰਧ ਵਧੀਆ ਨੇ ਜੀ? ਹਾਂ ਉਹ ਪ੍ਰਬੰਧ ਠੀਕ, ਪਰ ਆਹ ਪ੍ਰਬੰਧ ਨੂੰ ਕੀ ਕਰੇ ਗੁੰਡਾ ਕਰਦੇ ਹੋ? ਕੀ ਕਹੋਗੇ ਇਹਦੇ ਲਈ? ਆਵਾਜ਼ ਕੀ ਕਹਿਣਾ ਚਾਹੁੰਦੇ? ਸਰ ਸਾਫ ਮਿਲਣਾ ਚਾਹੀਦਾ। ਡਾਕਟਰ ਹਰਸਿਮਰਨਜੋਤ ਕੌਰ, ਕੀ ਆਵਾਜ਼ ਹੈ? ਮੈਂ ਮੈਡੀਕਲ ਆਫਿਸਰ ਪੋਸਟਡ ਹਾਂ ਇੱਥੇ ਸੇਲ 'ਚ ਭਵਾਨੀਗੜ੍ਹ 'ਤੇ। ਜੋ ਮੈਂ ਬੱਸ ਚਾਲਕਾਂ ਨਾਲ ਜੋ ਡਰਾਈਵਰ ਨਾਲ ਮਾਸਟਰ ਕੀ ਗੱਲ ਕਰਦੀ? ਸਾਡੇ ਕੋਲ ਜੀ ਇੱਦਾਂ ਕਰਕੇ SSF ਵੱਲੋਂ ਪੇਸ਼ੈਂਟ ਲਿਆਂਦੇ ਗਏ ਨੇ, ਉਹਨਾਂ ਦੁਆਰਾ ਦੱਸਿਆ ਗਿਆ ਕਿ PRTC ਦੇ ਡਰਾਈਵਰ ਸੀਗੇ ਅਤੇ ਇਹਨਾਂ ਦਾ ਕੁੱਟਮਾਰ ਹੋਈ ਹੈ ਸਾਡੇ ਕੋਲ, ਅਤੇ ਐਜ਼ ਅ ਪੇਸ਼ੈਂਟ ਲੈ ਕੇ ਆਇਓ। ਹਾਂਜੀ, ਅਤੇ ਠੀਕ ਹੈ, ਸਥਿਤੀ ਉਹਨਾਂ ਦੀ ਠੀਕ ਹੈ। ਹਾਂਜੀ ਠੀਕ ਹੈ, ਜ਼ਿਆਦਾ ਨਹੀਂ ਹੈਗੀਆਂ ਪਰ ਕੁੱਟਮਾਰ ਕੀਤੀ ਗਈ ਹੈ ਉਹਨਾਂ ਨਾਲ। ਹਾਂਜੀ, ਅਤੇ ਬਾਕੀ ਉਹਨਾਂ ਦੁਆਰਾ ਪਰਚਾ ਕੱਟ ਦਿੱਤਾ ਜਾਏਗਾ ਅਤੇ ਫਿਰ ਅੱਗੇ ਇਹਨਾਂ ਨੂੰ
ਉਹਦੇ ਅਗਲੀ ਕਾਰਵਾਈ ਲਈ ਭੇਜਿਆ ਜਾਏ। ਮੇਰਾ ਨਾਮ ਜੀ ASI ਜਸਵਿੰਦਰ ਸਿੰਘ। ਜਸਵਿੰਦਰ ਜੀ, ਤੁਹਾਨੂੰ ਕਾਲ ਆਈ, ਕੀ ਸਵਾਲ ਸੀ, ਕੀ ਗੱਲ ਵਿੱਚ? ਸਾਨੂੰ ਕਾਲ ਆਈ ਇੱਕ ਸਾਡੇ SSF ਦੀ ਮੁਲਾਜ਼ਮ ਜੋ ਕਿ ਧੂਰੀ ਰੋਡ 'ਤੇ ਉਹ ਡਿਊਟੀ ਕਰਦੀ ਆ, ਉਹ ਬੱਸ ਦੇ ਵਿੱਚ ਮੌਜੂਦ ਸੀ। ਉਹਨੇ ਕਾਲ ਕੀਤੀ ਵੀ ਇੱਦਾਂ ਕਰਕੇ ਸਰ, ਆਹ ਜੋ ਨਵਾਂ ਰੋਡ ਬਣ ਰਿਹਾ ਐਕਸਪ੍ਰੈਸ, ਖਟੜਾ ਐਕਸਪ੍ਰੈਸ ਦੇ ਨੀਚੇ ਇੱਕ ਬੱਸ ਦੇ ਨਾਲ ਕੋਈ ਅਣਪਛਾਤੇ ਆਹ ਮੋਟਰਸਾਈਕਲ ਵਾਲੇ ਇਹਨੂੰ ਘੇਰ ਕੇ ਮਤਲਬ ਡਰਾਈਵਰ ਨੂੰ ਨਾਲ ਕੁੱਟਮਾਰ ਕਰ ਰਿਹਾ, ਵੀ ਜ਼ਿਆਦਾ ਕੁੱਟਮਾਰ ਕਰ ਰਿਹਾ, ਲੋਹ ਲੁਹਾਨ ਹੋ ਰਹੇ ਨੇ, ਵੀ ਤੁਸੀਂ ਜਲਦੀ ਆ ਜਾਓ। ਮੇਰਾ, ਅਸੀਂ ਵੀ ਸ਼ਾਇਦ ਪਿੱਛੇ ਸੀ, ਕੋਈ 2-3 ਕਿਲੋਮੀਟਰ ਪਿੱਛੇ ਸੀਗੇ, ਅਸੀਂ ਨਾਲ ਦੀ ਨਾਲ ਉੱਥੇ ਆਏ, ਦੇਖਿਆ ਵੀ ਹਾਂ ਵੀ ਜੋ ਡਰਾਈਵਰ ਸੀਗਾ ਉਹਦੇ ਨਾਲ ਉਹ ਲਘੂ ਲੁਹਾਨ ਕੁੱਟਮਾਰ ਉਹਦੀ ਹੋਈ ਹੋਈ ਸੀਗੀ, ਅਤੇ ਡਰਾਈਵਰ ਸਾਡਾ ਉਹ ਜੋ ਸੀ ਮੋਟਰਸਾਈਕਲ ਵਾਲੇ ਉਹ ਚਲੇ ਗਏ ਸੀਗੇ। ਪਰ ਅਸੀਂ ਫਿਰ ਉਹ ਡਰਾਈਵਰ ਨੂੰ ਅਸੀਂ ਬਿਠਾਇਆ ਸਾਡੇ ਨਾਲ, ਉਹਨੂੰ ਹਸਪਤਾਲ ਲਿਆਏ, ਉਹਨੂੰ ਫਸਟ ਏਡ ਦਿੱਤੀ, ਨਾਲ ਹੀ ਅਸੀਂ ਉਹਨੂੰ ਆਪਣੇ ਥਾਣਾ ਭਾਨੀਗੜ੍ਹ ਦੇ ਮੁਨਸ਼ੀ ਨੂੰ ਸਲਾਹ ਦਿੱਤੀ ਵੀ ਇੱਦਾਂ ਐਂ ਕਰਕੇ ਆਹ ਗੱਲਬਾਤ ਹੋਈ ਹੈ, ਅਤੇ ਉਹ ਡਿਊਟੀ ਅਫਸਰ ਨੂੰ ਦੱਸਣਗੇ, ਕਹਿੰਦੇ ਡਿਊਟੀ ਅਫਸਰ ਆਊਗਾ ਵੀ ਅਸੀਂ ਅਗਲੀ ਕਾਰਵਾਈ ਅਸੀਂ ਕਰਾਂਗੇ, ਬਣਦੀ ਕਾਰਵਾਈ ਉਹਨਾਂ 'ਤੇ ਹੋਊਗੀ। ਹਾਂ, ਉਹ ਉੱਥੇ ਕੀ ਹੋਇਆ, ਜੋ ਇਹਨਾਂ ਦੇ ਕਨੈਕਟਰ ਸੀ ਜੋ ਹੋਰ ਸੀ, ਉਹਨਾਂ ਨੇ ਉਹ ਦੂਜੀ ਪਿੱਛੋਂ ਬੱਸ ਆ ਕੇ ਬੱਸ ਨੂੰ ਰੋਕਿਆ, ਅਤੇ ਬਾਕੀ ਸਾਰੀਆਂ ਸਵਾਰੀਆਂ ਨੂੰ ਵੀ ਵਿੱਚ ਚੜ੍ਹਾ ਦਿੱਤਾ। ਉਹਨਾਂ ਨੂੰ ਅੱਗੇ ਜੋ ਪਟਿਆਲੇ ਦੀ ਸੀ, ਭਵਾਨੀਗੜ੍ਹ ਦੇ ਸੀ, ਉਹਨਾਂ ਨੂੰ ਲਿਫਟ ਦੇ ਕੇ ਉਹਨਾਂ 'ਚ ਭੇਜ ਦਿੱਤਾ।